ਬਾਬਾਈ ਥੈਂਕ ਯੂ ਫॉर ਤੁਸੀਂ ਮੈਨੂੰ ਫਸਟ ਟਾਈਮ ਡੀਆ ਚਾਂਸ ਦਿੱਤਾ ਬਾਬਾਈ ਮੇਰਾ ਫਸਟ ਕੁਸ਼ਨ ਇਹ ਹੀ ਆ ਵੀ ਸਾਨੂੰ ਹੁਕਮ ਦੀ ਹ ਸੇਵਾ ਕਰਨੀ ਚਾਹੀਦੀ ਜਾਂ ਮਨਮਰਜ਼ੀ ਦੀ ਸੇਵਾ ਕਰਨੀ ਚਾਹੀਦੀ ਮਨਮਰਜ਼ੀ ਦੀ ਸੇਵਾ ਕੀ ਹੁੰਦੀ ਹੈ ਬੇਟਾ ਫਿਰ ਤਾਂ ਸੇਵਾ ਹੋਣੀ ਨਹੀਂ ਫਿਰ ਬੇਟਾ ਜੇ ਮਨਮਰਜ਼ੀ ਦੀ ਸੇਵਾ ਕਰਨੀ ਹੈ ਫਿਰ ਕਿਸੇ ਨੇ ਇੱਥੇ ਨਹੀਂ ਬੈਠੇ ਹੋਣਾ ਸਾਰਿਆਂ ਨੇ ਮੇਰੇ ਕੋਠੀ 'ਚ ਬੈਠੇ ਹੋਣਾ ਬਾਬਾਈ ਸਾਨੂੰ ਜੀ ਦਾ ਸੇਵਾ ਦਿੱਤੀ ਜਾਂਦੀ ਆ ਵੀ ਸਨ ਨਹੀਂ ਦੇਖੋ ਬੇਟਾ ਸੇਵਾ ਦਾ ਮਤਲਬ ਕੀ ਹੈ ਸੇਵਾ ਦਾ ਮਤਲਬ ਹੈ ਕਿ ਮਨ ਵਿੱਚ ਨਿਮਰਤਾ ਆਵੇ ਮਨ ਝੁਕਣਾ ਸਿੱਖੇ ਤਾਂ ਜੇ ਅਸੀਂ ਮਨ ਮਰਜ਼ੀ ਦੀ ਕਰਾਂਗੇ ਫਿਰ ਕਿੱਥੇ ਮਨ ਝੁਕਦਾ ਹੈ ਬੇਟਾ ਫਿਰ ਤਾਂ ਤੁਸੀਂ ਮਨ ਨੂੰ ਤਾਂ ਹੋਰ ਉੱਚਾ ਕਰੀ ਜਾਂਦੇ ਹੋ ਮਨ ਤਾਂ ਹੀ ਝੁਕੂਗਾ ਨਿਮਰਤਾ ਤਾਂ ਹੀ ਆਉਗੀ ਜਦੋਂ ਕਿਸੇ ਹੋਰ ਦੇ ਕਹੇ ਤੇ ਆਪਾਂ ਉਹਦੀ ਮਰਜ਼ੀ ਦੇ ਨਾਲ ਕਰਾਂਗੇ ਬੇਟਾ ਬਾਬਾਈ ਜੀ ਬਾਬਾਈ ਜਾਨ ਜਿੱਦਾਂ ਵੀ ਸਾਡੇ ਜਿਹੜੇ ਅਨਦਰ ਪਰਸਨ ਸਾਨੂੰ ਲੈਣ ਆ ਜਾਂਦਾ ਕਿ ਸਾਡੇ ਨਾਲ ਹੀ ਚੱਲੋ ਸਾਡੇ ਜਥੇ ਨਾਲ ਹੀ ਚੱਲੋ ਕਿ ਅਸੀਂ ਤੁਸੀਂ ਸਾਡੇ ਨਾਲ ਆਏ ਹੋ ਸਾਡੇ ਨਾਲ ਹੀ ਸੇਵਾ ਕਰੋ ਤੇ ਇਹ ਤਾਂ ਹੁਣ ਬੇਟਾ ਜਿਹੜੇ ਜਥੇਦਾਰ ਨੂੰ ਸੇਵਾ ਦਿੱਤੀ ਗਈ ਕਿ ਵੀ ਤੇਰਾ ਜਥਾ ਇੱਥੇ ਹੋਣਾ ਚਾਹੀਦਾ ਤੇਰਾ ਇੱਥੇ ਹੋਣਾ ਚਾਹੀਦਾ ਸਾਡੀ ਸਾਡੀ ਸੇਵਾ ਕਿਤੇ ਹੋਰ ਲੱਗੀ ਹੋਵੇ ਨਹੀਂ ਪਰ ਕਿਵੇਂ ਲੱਗੂਗੀ ਉਹ ਤਾਂ ਜੱਥਿਆਂ ਨੂੰ ਦੱਸਿਆ ਜਾਂਦਾ ਨਾ ਕਿ ਤੁਸੀਂ ਇੱਥੇ ਕਰੋ ਤੁਹਾਨੂੰ ਉੱਥੇ ਲੱਗਣਾ ਚਾਹੀਦਾ ਬੇਟਾ ਹੁਣ ਜੇ ਸਾਰੇ ਆਪਣੀ ਮਨਮਰਜ਼ੀ ਕਰਨੀ ਲੱਗ ਪਏ ਤਾਂ ਕੰਮ ਚੱਲੂਗਾ ਆਪਣਾ ਘਰ ਵਿੱਚ ਚਾਰ ਪੰਜ ਜੀ ਹੈ ਜੇ ਸਾਰੇ ਆਪਣੀ ਮਨਮਰਜ਼ੀ ਕਰਨ ਘਰ ਦਾ ਕੰਮ ਚੱਲ ਸਕਦਾ ਬੇਟਾ ਤਾਂ ਫਿਰ ਥੋੜਾ ਜਿਹਾ ਆਪਾਂ ਨੂੰ ਉਸ ਹਿਸਾਬ ਕਿਤਾਬ ਦੇ ਨਾਲ ਚੱਲਣਾ ਚਾਹੀਦਾ ਨਾ ਜਿਹੜਾ ਤੁਹਾਨੂੰ ਲਿਆਇਆ ਜਥੇਦਾਰ ਉਹਨੂੰ ਦੱਸਿਆ ਜਾਂਦਾ ਕਿ ਬੇਟਾ ਤੁਸੀਂ ਐਂ ਕਰਨਾ ਹੈਗਾ ਤਾਂ ਆਪਾਂ ਉਹਦੇ ਨਾਲ ਚੱਲਣਾ ਹੈ ਬੇਟਾ